ਸਾਸ੍ਰੀਕਾਲ ਦੋਸਤੋ ਮਾਰਕੀਟ ਜਿਹੜੀ ਕਿ ਕਈ ਦਿਨਾਂ ਤੋਂ ਬੜੀ ਬੋਰਿੰਗ ਜੀ ਹੋਈ ਪਈ ਸੀਗੀ ਕੱਲ ਇਹਦੇ ਵਿੱਚ ਕਾਫੀ ਉਛਾਲ ਆਇਆ ਬਿਟਕੋਇਨ ਜਿਹੜਾ ਹੈਗਾ ਉਹ ਵੀ 30400 500 ਤੱਕ ਚਲਾ ਗਿਆ ਤੇ ਉਸ ਤੋਂ ਬਾਅਦ ਬਾਕੀ ਵੀ ਜਿੰਨੇ ਵੀ ਕੋਇਨ ਹੈਗੇ ਆ ਸਾਰਿਆਂ ਵਿੱਚ ਥੋੜਾ ਥੋੜਾ ਜਿਹੜਾ ਹੈਗਾ ਉੱਪਰ ਨੂੰ ਪੰਪ ਜ਼ਰੂਰ ਆਇਆ ਹੈਗਾ ਪਰ ਬਿਟਕੋਇਨ ਵਿੱਚ ਸਭ ਤੋਂ ਜ਼ਿਆਦਾ ਆਇਆ ਹੈਗਾ ਬਿਟਕੋਇਨ ਦੀ ਆਪਾਂ ਗੱਲ ਕਰੀਏ ਤਾਂ ਬਿਟਕੋਇਨ ਕੱਲ ਜਿਹੜਾ ਹੈਗਾ 30500 달ੇ ਲੈਵਲ ਤੇ ਚਲਾ ਗਿਆ ਹੈਗਾ ਤੇ ਅੱਜ ਜਿਹੜੇ ਹੈਗੇ ਆ ਦੋ ਬਹੁਤ ਹੀ ਮਹੱਤਵਪੂਰਨ ਈਵੈਂਟ ਹੋਣੇ ਆ ਦੋ ਨਹੀਂ ਬਲਕਿ ਤਿੰਨ ਹੀ ਮਹੱਤਵਪੂਰਨ ਈਵੈਂਟ ਹੋਣੇ ਆ ਜਿਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਮਾਰਕੀਟ ਹੈਗੀ ਉਹ ਵੋਲਟਾਈਲ ਰਹੂਗੀ ਬਹੁਤ ਲੰਮੀਆਂ ਲੰਮੀਆਂ ਵਿਕਸ ਬਣਨਗੀਆਂ ਤੇ ਦੋਵੇਂ ਪਾਸੇ ਜਿਹੜੀ ਹੈਗੀ ਏ ਲਿਕুইਡਿਟੀ ਗ੍ਰੈਬ ਕੀਤੀ ਜਾਊਗੀ ਯਾਨੀ ਕਿ ਜੇ ਤੁਸੀਂ ਲੌਂਗ ਦੀ ਕਾਰ ਲਈ ਹੈਗੀ ਏ ਜਾਂ ਸ਼ਾਰਟ ਦੀ ਕਾਰ ਲਈ ਹੈਗੀ ਤਾਂ ਸਟਾਪ ਲੌਸ ਹਿਟ ਕਰਵਾਉਣ ਦੀ ਵੇਲਜ਼ ਵੱਲੋਂ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਜਿਹੜੇ ਦੋ ਈਵੈਂਟ ਹੋਣੇ ਆ ਉਹਦੇ ਬਾਰੇ ਚ ਆਪਾਂ ਗੱਲ ਕਰਦੇ ਹੈਗੇ ਆ ਇਕਤਾ ਇਹ ਇਵੈਂਟ ਹੈਗਾ ਕਿ ਜਿਹੜਾ ਇਹਨਾਂ ਦਾ CPI ਡਾਟਾ ਆਉਣਾ ਹੈਗਾ ਮਾਰਚ ਦਾ CPI ਡਾਟਾ ਉਹ ਅੱਜ 12 ਅਪ੍ਰੈਲ ਯਾਨੀ ਕਿ ਅੱਜ ਦੇ ਦਿਨ 8:30 AM ਜਿਹੜੇ USA ਦਾ ਟਾਈਮ ਹੈ ਆਪਾਂ ਇੰਡੀਆ ਦੇ ਟਾਈਮ ਦੀ ਗੱਲ ਕਰੀਏ ਤੇ ਸ਼ਾਮ ਦੇ ਲਗਭਗ 6 ਵਜੇ ਯਾਨੀ ਕਿ ਸ਼ਾਮ ਨੂੰ 6 ਵਜੇ ਇਹ ਡਾਟਾ ਆ ਰਿਹਾ ਹੈਗਾ CPI ਡਾਟਾ ਮਹਿੰਗਾਈ ਡਾਟਾ ਜਦੋਂ ਵੀ CPI ਡਾਟਾ ਆਉਂਦਾ ਹੈਗਾ ਮਾਰਕੀਟ ਵਿੱਚ ਜਰੂਰ ਬਹੁਤ ਹੀ ਜ਼ਿਆਦਾ ਪੰਪ ਡੰਪ ਜਿਹੜਾ ਉਹ ਹੁੰਦਾ ਰਹਿੰਦਾ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਵੀ ਇਹ CPI ਡਾਟਾ ਜਿਹੜਾ ਆਊਗਾ ਇਹ 5 ਦੇ ਆਲੇ ਦੁਆਲੇ ਆਉਣਾ ਚਾਹੀਦਾ ਹੈ ਮਹਿੰਗਾਈ ਡਾਟਾ ਯਾਨੀ ਕਿ 5.2 ਉਮੀਦ ਕੀਤੀ ਜਾ ਰਹੀ ਹੈ ਪਿਛਲੀ ਵਾਰ ਇਹ 6 ਸੀਗਾ ਤੇ ਜੇਕਰ ਇਹ 5.2 5.1 5.3 ਇੱਥੇ ਕੋ ਆਉਂਦਾ ਫਿਰ ਤਾਂ ਇਹ ਮਾਰਕੀਟ ਲਈ ਪੋਜ਼ਿਟਿਵ ਮੂਵ ਹੋਊਗਾ ਪਰ ਜੇਕਰ ਇਹ ਦੋ ਜ਼ਿਆਦਾ ਆਉਂਦਾ ਤਾਂ ਉਹ ਮਾਰਕੀਟ ਲਈ ਇੱਕ ਨੈਗੇਟਿਵ ਮੂਵ ਹੋਊਗਾ ਚਾਹੇ ਡਾਟਾ ਕੁਝ ਵੀ ਆਉਂਦਾ ਪਰ ਮਾਰਕੀਟ ਵਿੱਚ ਜਿਹੜੀ ਹਲਚਲ ਹੋਣੀ ਹੈ ਦੋਵੇਂ ਪਾਸੇ ਨੂੰ ਜਰੂਰ ਹੋਊਗੀ ਇਸ ਲਈ ਅੱਜ ਦਾ ਦਿਨ ਟਰੇਡ ਲੈਣ ਤੋਂ ਜੇ ਬਚਿਆ ਜਾਵੇ ਤਾਂ ਚੰਗੀ ਗੱਲ ਹੈ ਨਹੀਂ ਤਾਂ ਆਪਦਾ ਸਟਾਪ ਲਸ ਜਰੂਰ ਧਿਆਨ ਨਾਲ ਰੱਖੋ ਤੇ ਇਹਦੇ ਨਾਲ ਜਿਹੜੀ ਦੂਜੀ ਅਪਡੇਟ ਹੈਗੀ ਏ ਉਹ ਹੈਗੀ ਹੈ ਸ਼ੰਗਾਈ ਅਪਗ੍ਰੇਡ ਇਥੀਰੀਅਮ ਦੀ ਯਾਨੀ ਕਿ ਇਥੀਰੀਅਮ ਵਿੱਚ ਸ਼ੰਗਾਈ ਅਪਗ੍ਰੇਡ ਹੋ ਰਿਹਾ ਹੈ ਉਹਦੇ ਨਾਲ ਕੀ ਹੋਊਗਾ ਕਿ ਪਿਛਲੇ ਲਗਭਗ 2.5 ਸਾਲਾਂ ਤੋਂ ਜਿਨ੍ਹਾਂ ਨੇ ਆਪਦੇ ਈਥ ਟੋਕਨ ਜਿਹੜੇ ਸੀਗੇ ਉਹ ਸਟੇਕ ਲਾਏ ਹੋਏ ਸੀਗੇ ਕਿਉਂਕਿ ਜਦੋਂ ਤੋਂ ਇਹ ਪ੍ਰੂਫ ਆਫ ਸਟੇਕ ਤੇ ਚੇਨ ਹੋਈ ਏ ਉਹ ਤੋਂ ਪਹਿਲਾਂ ਤੋਂ ਸਟੇਕਿੰਗ ਚੱਲ ਰਹੀ ਸੀ ਤਾਂ ਉਹਨਾਂ ਦੇ ਲੋਕਾਂ ਦੇ ਉਥੇ ਇਥੇਰੀਅਮ ਲੌਕ ਸੀਗੇ ਉਹਨੂੰ ਅਨਲੌਕ ਨਹੀਂ ਸੀ ਕਰ ਸਕਦੇ ਅਨਸਟੇਕ ਨਹੀਂ ਸੀ ਕਰ ਸਕਦੇ ਪਰ ਅੱਜ ਦੇ ਦਿਨ ਯਾਨੀ ਕਿ 12 ਅਪ੍ਰੈਲ ਨੂੰ ਉਹਨਾਂ ਕੋਲ ਇਹ ਆਪਸ਼ਨ ਹੋਊਗੀ ਕਿ ਆਪਦੇ ਉਹ ਸਟੇਕ ਕੀਤੇ ਹੋਏ ਜਿਹੜੇ ਈਥ ਹੈਗੇ ਆ ਉਹਨਾਂ ਨੂੰ ਅਨਸਟੇਕ ਕਰ ਸਕਦੇ ਆ ਇਹਦਾ ਜਿਹੜਾ ਟੋਟਲ ਆਪਾਂ ਗੱਲ ਕਰੀ ਜਾਵੇ ਤਾਂ ਟੋਟਲ 18 ਮਿਲੀਅਨ ਜਿਹੜੇ ਈਥ ਹੈਗੇ ਆ ਉਹ ਅਨਸਟੇਕ ਹੋਣਗੇ 18 ਮਿਲੀਅਨ ਈਥ ਤੇ ਜਿਨ੍ਹਾਂ ਦੀ ਵੈਲਿਊ ਬੰਦੀ ਹੈਗੀ ਜੇ ਡਾਲਰ 34 ਬਿਲੀਅਨ ਤਾਂ ਇਹ ਅਨਲੌਕ ਹੋਣਗੇ ਤੇ ਇਹਦੇ ਨਾਲ ਹੋ ਸਕਦਾ ਹੈ ਕਿ ਸੇਲਿੰਗ ਪ੍ਰੈਸ਼ਰ ਆਵੇ ਮਾਰਕੀਟ ਵਿੱਚ ਜਿਹਦੇ ਕਾਰਨ ਈਥੀਰੀਅਮ ਦੀ ਪ੍ਰਾਈਸ ਜਿਹੜੀ ਹੈਗੀ ਏ ਉਹਦੇ ਵਿੱਚ ਵੀ ਪੰਪ ਡੰਪ ਦੀ ਸਥਿਤੀ ਬਣੀ ਬਣ ਸਕਦੀ ਹੈ ਪਰ ਕਈ ਲੋਕਾਂ ਦਾ ਵਿਚਾਰ ਹੈਗਾ ਕਿ ਜਦੋਂ ਲੋਕਾਂ ਨੇ ਇਹ ਈਥੀਰੀਅਮ ਲੌਕ ਕੀਤੇ ਸੀ ਜਾਂ ਸਟੇਕ ਕੀਤੇ ਸੀ ਤਾਂ ਉਦੋਂ ਇਥੀਰੀਅਮ ਦਾ ਪ੍ਰਾਈਸ ਅੱਜ ਦੇ ਪ੍ਰਾਈਸ ਤੋਂ ਕਾਫੀ ਜ਼ਿਆਦਾ ਸੀਗਾ ਤੇ ਹੋ ਸਕਦਾ ਹੈ ਕਿ ਲੋਕ ਹਜੇ ਉਸੇ ਵੇਲੇ ਸੈਲ ਨਾ ਕਰਨ ਪਰ ਇਹ ਤੋਂ ਉਲਟ ਇਹ ਵੀ ਸੰਭਾਵਨਾ ਹੈਗੀਏ ਕਿ ਜਿਨ੍ਹਾਂ ਨੂੰ ਕੋਈ ਐਮਰਜੈਂਸੀ ਫੰਡ ਦੀ ਲੋੜ ਹੋਊਗੀ ਉਹ ਜ਼ਰੂਰ ਇਹਦੇ ਸੈਲਿੰਗ ਪ੍ਰੈਸ਼ਰ ਬਣਾਉਣਗੇ ਤਾਂ ਇਸ ਲਈ ਲੋਕਾਂ ਦੇ ਮਨ ਚ ਇਹ ਹੋਊਗਾ ਵੀ ਇਹਦਾ ਪ੍ਰਾਈਸ ਥੱਲੇ ਨੂੰ ਆਊਗਾ ਪਰ ਵੇਲਸ ਜਿਹੜੀਆਂ ਹੈਗੀਆਂ ਇੱਕ ਰਾ ਇਹਦੇ ਪ੍ਰਾਈਸ ਨੂੰ ਪੰਪ ਕਰਵਾਉਣਗੀਆਂ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਬਾਅਦ ਵਿੱਚ ਥੋੜਾ ਡੰਪ ਵੀ ਹੋ ਜਾਵੇ ਤਾਂ ਮੈਨੂੰ ਲੱਗਦਾ ਵੀ ਈਟ ਦਾ ਪ੍ਰਾਈਸ ਇੱਕ ਰਾਂ 2000 ਡਾਲਰ ਤੋਂ ਉੱਪਰ ਜਾਏਗਾ ਤੋਂ ਤੋਂ ਬਾਅਦ ਥੱਲੇ 18000 ਡਾਲਰ ਤੱਕ ਵੀ ਆ ਸਕਦਾ ਹੈ ਇਸ ਲਈ ਇਹਦੇ ਵਿੱਚ ਵੀ ਜਿਹੜਾ ਟ੍ਰੇਡ ਲੈਣਾ ਹੈਗਾ ਉਹ ਥੋੜਾ ਜਿਹਾ ਦਾ ਸੋਚ ਸੰਭਲ ਕੇ ਲਵੋ ਤੇ ਬਾਕੀ ਅੱਜ ਹੀ ਇੰਡੀਅਨ ਟਾਈਮ ਰਾਤ ਨੂੰ ਲਗਭਗ 11:30 ਦੇ ਵਜੇ ਜਿਹੜਾ FOMC ਮੀਟਿੰਗ ਦਾ ਮਿਨਟ ਡਾਟਾ ਆ ਰਿਹਾ ਹੈਗਾ ਯਾਨੀ ਕਿ FOMC ਦੀ ਮੀਟਿੰਗ ਦੀ ਜਿਹੜੀਆਂ ਮੇਨ ਮੇਨ ਗੱਲਾਂ ਹੈਗੀਆਂ ਉਹਨਾਂ ਬਾਰੇ ਵਿੱਚ ਜਿਹੜਾ ਹੈਗਾ ਨਿਊਜ਼ ਆਊਗੀ ਤੇ ਜੇਕਰ ਉਹਦੇ ਵਿੱਚ ਪਾਵਲ ਵਰਗੇ ਜਿਹੜੇ ਐਫਓਐਮਸੀ ਦੇ ਹੈਗੇ ਆ ਮੈਂਬਰ ਜੇ ਇਹ ਪੋਜ਼ਿਟਿਵ ਕੁਝ ਗੱਲ ਕਰਨਗੇ ਫਿਰ ਤਾਂ ਉਹੀ ਯਾਨੀ ਕਿ ਮਾਰਕੀਟ ਅੱਪ ਜਾਊਗੀ ਪਰ ਉਦੋਂ ਉਲਟ ਜੇਕਰ ਕੋਈ 네ਗੇਟਿਵ ਗੱਲ ਆ ਗਈ ਸੀਪੀਆਈ ਡਾਟਾ ਚਾਹੀ ਕੋਈ ਵੀ ਆਉਂਦਾ ਤਾਂ ਮਾਰਕੀਟ ਫੇਰ ਦੁਬਾਰਾ ਹੇਠਾਂ ਨੂੰ ਆ ਸਕਦੀ ਤਾਂ ਇਸ ਕਰਕੇ ਅੱਜ ਦਾ ਦਿਨ ਮਾਰਕੀਟ ਵਿੱਚ ਬਹੁਤ ਹੀ ਜ਼ਿਆਦਾ ਵੋਲੈਟਿਲਟੀ ਰਹੂਗੀ ਆਪਦੇ ਟਰੇਡ ਸੋਇ ਸਮਝ ਕੇ ਲਿਓ ਤੇ ਆਪਦਾ ਸਟਾਪ ਲੌਸ ਵਗੈਰਾ ਮੇਨਟੇਨ ਕਰਕੇ ਚੱਲਿਓ ਤਾਂ ਅੱਜ ਦੀ ਲੇਟੈਸਟ ਅਪਡੇਟ ਵਿੱਚ ਇਹੀ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤੈਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਥੈਂਕ ਯੂ